ਸ਼ਬਦ ਦੀ ਵਿਆਖਿਆ ਤੇ ਹੋਰ ਵਿਚਾਰਾਂ ਫਿਰ ਨਹੀਂ ਹੋ ਸਕਦੀਆਂ। ਇਹਦੇ ਲਈ ਘੱਟੋ ਘੱਟ 40 ਜਾਂ 45 ਮਿੰਟ ਦਾ ਸਮਾਂ ਚਾਹੀਦਾ, ਪਰ ਆਪਾਂ ਕੋਸ਼ਿਸ਼ ਕਰਾਂਗੇ ਕਿ ਜ਼ਰੂਰ ਪਰ ਜ਼ਰੂਰ ਜੋ ਅਸੀਂ ਜੁੜ ਬੈਠੇ ਹਾਂ, ਟਾਈਮ ਕੱਢ ਕੇ ਇੱਥੇ ਸਾਹਿਬ ਦੇ ਦਰਬਾਰ ਦੇ ਵਿੱਚ ਹਾਜ਼ਰ ਹੋਏ ਹਾਂ, ਕਿਉਂਕਿ ਸਾਡਾ ਇਹ ਸਕੂਲ ਹੈ, ਗੁਰਦੁਆਰਾ ਇਜ਼ ਅਵਰ ਲਰਨਿੰਗ ਸੈਂਟਰ ਐਂਡ ਵੀ ਹੈਵ ਟੂ ਕਮ ਹੀਅਰ ਟੂ ਲਰਨ। ਜਦੋਂ ਅਸੀਂ ਇੱਥੋਂ ਮੁੜੀਏ ਨਾ ਵਾਪਸ ਉਸ ਦਰਵਾਜ਼ੇ 'ਚੋਂ, ਤਾਂ ਸਾਨੂੰ ਇਹ ਪਤਾ ਹੋਵੇ ਵੀ ਅੱਜ ਮੈਂ ਕੀ ਸਿੱਖਿਆ, ਅੱਜ ਮੈਂ ਨਵਾਂ ਕਿਹੜਾ ਲੈਸਨ ਗੁਰੂ ਤੋਂ ਲਿਆ। ਭਾਵੇਂ ਭਾਈ ਸਾਹਿਬਾਂ ਨੇ ਐਡੇ ਸੋਹਣੇ ਤੁਹਾਡੇ ਸਾਹਮਣੇ ਸ਼ਬਦ ਪੇਸ਼ ਕੀਤੇ, ਭਾਵੇਂ ਵਿਚਾਰਾਂ ਪਹਿਲਾਂ ਵੀਰ ਜੀ ਨੇ ਕੀਤੀਆਂ ਨੇ ਤੇ ਜਾਂ ਮੈਂ ਕਰਨੀ। ਅਸੀਂ ਦੇਖੋ ਬੋਲ ਕੇ ਚੱਲੇ ਨਾ, ਅਸੀਂ ਗੁਰੂ ਦਾ ਤੇ ਕੁੱਕਰ ਹਾਂ। ਇਹ ਸਾਡਾ ਕੰਮ ਹੈ ਕਿ ਹੋਕਾ ਦੇਣਾ, ਸਾਡਾ ਕੰਮ ਹੈ ਆਪ ਜੀ ਨਾਲ ਸਾਂਝ ਪਾਉਣੀ। ਅਸੀਂ ਤਾਂ ਇਹੀ ਮੰਨਦੇ, ਚੌਂਕੀਦਾਰ ਸਮਝ ਲਓ, ਕੁੱਕਰ ਸਮਝ ਲਓ, ਦਾਸ ਸਮਝ ਲਓ, ਸੇਵਕ ਸਮਝ ਲਓ। ਆਪ ਜੀ ਦੇ ਕੋਲ ਆਪਣੇ ਪਿਆਰ, ਆਪਣੇ ਗੁਰੂ ਦੀਆਂ ਸਾਂਝਾਂ ਪਾਉਣ ਵਾਸਤੇ ਆਪ ਜੀ ਦੇ ਸਾਹਮਣੇ ਇਕੱਠੇ ਹੋਣ। ਸਭ ਤੋਂ ਪਹਿਲਾਂ ਇਹ ਜੋ ਸ਼ਬਦ ਹੈ ਇਹਦੇ ਵਿੱਚ ਹੈਗਾ ਰਹਾਓ ਦੀ ਪੰਕਤੀ ਤੇ ਮੈਂ ਸਿਰਫ ਜਾਵਾਂਗੀ, ਕਿਉਂਕਿ ਅਸੀਂ ਪੂਰਾ ਸ਼ਬਦ ਜਿਹੜਾ ਉਹਦੀ ਵਿਚਾਰ ਨਹੀਂ ਕਰ ਪਾਵਾਂਗੇ 20 ਮਿੰਟਾਂ ਦੇ ਵਿੱਚ। ਪੂਰੇ ਸ਼ਬਦ ਦੀ ਵਿਚਾਰ ਤੇ ਜਿਹੜੀਆਂ ਮੈਂ ਹੋਰ ਵਿਚਾਰ ਆਪ ਜੀ ਨਾਲ ਕਰਨੀਆਂ ਨੇ ਉਹ ਨਹੀਂ ਹੋ ਸਕਣਗੀਆਂ। ਸੋ ਅਸੀਂ ਕਿਉਂਕਿ ਰਹਾਓ ਦੀ ਜਿਹੜੀ ਪੰਕਤੀ ਹੁੰਦੀ ਹੈ ਆਪ ਜੀ ਨੂੰ ਬਹੁਤ ਧਿਆਨ ਨੂੰ, ਇੱਥੇ ਜਿਹੜੇ ਸਾਡੇ ਜਾਣਕਾਰ ਵੀਰ ਤੇ ਭੈਣਾਂ ਬੈਠੇ ਨੇ ਉਹਨਾਂ ਨੂੰ ਪਤਾ ਹੋਵੇਗਾ ਕਿ ਰਹਾਓ ਦੀ ਪੰਕਤੀ ਦੇ ਅੰਦਰ ਹੀ ਸਾਰੇ ਸ਼ਬਦ ਦਾ ਸੈਂਟਰਲ ਆਈਡੀਆ ਹੁੰਦਾ।
ਹੁਣ ਸੈਂਟਰਲ ਆਈਡੀਆ ਸ਼ਬਦ ਦਾ ਕੀ ਹੈ ਜੀ? ਸੈਂਟਰਲ ਆਈਡੀਆ ਹੈਗਾ ਤੂੰ ਸਾਂਝਾ ਸਾਹਿਬ ਬਾਪ ਹਮਾਰਾ। ਕੀ ਮਤਲਬ ਹੋਇਆ ਜੀ? ਹੁਣ ਸਾਰੇ ਨਾਲ ਬੋਲਿਆ ਜੀ, ਸਾਡਾ ਸਭ ਦਾ ਬਾਪ ਇੱਕ ਹੈ। ਕੌਣ ਹੈ ਜੀ? ਇੱਕ ਬਾਪ ਹੈ ਸਾਡਾ, ਸਾਹਿਬ ਮੇਰਾ ਇੱਕੋ ਹੈ, ਇੱਕੋ ਹੈ ਭਾਈ ਇੱਕੋ ਹੈ, ਸਾਹਿਬ ਮੇਰਾ ਇੱਕੋ ਹੈ, ਇੱਕੋ ਹੈ ਭਾਈ ਇੱਕੋ ਹੈ। ਹੁਣੇ ਭਾਈ ਸਾਹਿਬ ਨੇ ਏਡਾ ਸੋਹਣਾ ਸ਼ਬਦਾਵਲੀ ਸੁਣਾਇਆ, ਗੁਰ ਪਰਮੇਸ਼ਰ ਏਕੋ ਜਾਣ, ਗੁਰੂ ਚ ਤੇ ਪਰਮਾਤਮਾ ਚ ਕੋਈ ਅੰਤਰ ਨਹੀਂ। ਜੇ ਵੇਖਿਓ ਕਿਤੇ ਭੁਲੇਖਿਆਂ ਚ ਨਾ ਪੈ ਜਾਓ। ਗੁਰੂ ਸਾਡਾ ਗਿਆਨ ਹੈ, ਰਾਈਟ? ਸਾਡਾ ਗੁਰੂ ਨਿਰਾਕਾਰ ਹੈ, ਪਰਮਾਤਮਾ ਵੀ ਨਿਰਾਕਾਰ ਹੈ, ਉਹਦਾ ਕੋਈ ਰੂਪ ਨਾ ਰੰਗ ਨਾ ਰੇਖ ਨਾ ਭੇਖ ਕੁਛ ਨਹੀਂ ਹੈ। ਸੋ ਜਿਹੜਾ ਤੁਹਾਨੂੰ ਕਵੇ ਆਹ ਬਾਬਾ ਤੁਹਾਡਾ ਗੁਰੂ ਹੈ, ਚੋਲਾ ਤੁਹਾਡਾ ਗੁਰੂ ਹੈ, ਸਾਡਾ ਅੱਜ ਮੈਂ ਸਿਰਫ ਏਕਤਾ ਦੀ ਗੱਲ ਕਰਨੀ ਹੈ, ਜਿਹਦੇ ਤੋਂ ਅੱਜ ਅਸੀਂ ਖੂਨ ਦੇ ਅੱਖ ਨੂੰ ਬਹਾ ਰਹੇ ਹਾਂ। ਆਪ ਜੀ ਸਾਰੇ ਜਾਣਕਾਰ ਹੋ, ਮੈਂ ਕਿਹੜੀਆਂ ਲੰਬੀਆਂ ਚੌੜੀਆਂ ਉਹਨਾਂ ਵਿਸਥਾਰਾਂ ਚ ਨਹੀਂ ਮੈਂ ਜਾ ਸਕਦੀ। ਸੋ ਅਸੀਂ ਕਹਿਣਾ ਹੈ ਸਾਡਾ ਸਭ ਦਾ ਸਾਂਝਾ ਸਾਹਿਬ ਪਰਮਾਤਮ, ਉਹਨੂੰ ਜਿੰਨੇ ਮਰਜ਼ੀ ਨਾਵਾਂ ਨਾਲ ਯਾਦ ਕਰ ਲਓ, ਗੁਰਬਾਣੀ ਚ 800 ਨਾਮ ਨੇ, ਸਭ ਇੱਕ। ਤੁਸੀਂ ਆਪਣੇ ਬੱਚੇ ਨੂੰ ਗੁੱਗੂ ਮਿੱਠੂ ਪਿਆਰਾ ਗੁੱਲੂ ਕਈ ਕੁਛ ਕਹਿੰਦੇ ਹੋ, ਰਹਿੰਦਾ ਤਾਂ ਬੱਚਾ ਤੁਹਾਡਾ ਉਹੀ ਇਸ ਤਰ੍ਹਾਂ। ਬਾਪ ਨੂੰ ਤੁਸੀਂ ਜਿਹੜੇ ਮਰਜ਼ੀ ਨਾਮ ਨਾਲ ਯਾਦ ਕਰ ਲਓ, ਰਹਿਣਾ ਹੋਈ। ਸੋ ਤੂੰ ਸਾਂਝਾ ਸਾਹਿਬ ਬਾਪ ਤੁਮਾਰਾ, ਨੌ ਨਿਰ ਤੇਰਾ ਅਖੁੱਟ ਭੰਡਾਰ। ਅਖੁੱਟ ਦਾ ਮਤਲਬ ਕਦੇ ਨਾ ਫੁੱਟਣ ਵਾਲੇ, ਕਦੇ ਨਾ ਮੁੱਕਣ ਵਾਲੇ ਭੰਡਾਰ ਤੇਰੇ ਇੰਨੇ ਨੇ। ਦੇਖੋ ਪਾਣੀ ਵੀ ਦੁਨੀਆਂ ਚੋਂ ਮੁੱਕੇਗਾ, ਅਸੀਂ ਮੁੱਕ ਜਾਣਾ। ਹਵਾ ਨੀ ਮੁੱਕੇਗੀ, ਅਸੀਂ ਮੁੱਕ ਜਾਂਗੇ। ਮਿੱਟੀ ਨੀ ਮੁੱਕੇਗੀ, ਅਸੀਂ ਮੁੱਕ ਜਾਂਗੇ। ਤਾਰੇ ਨੀ ਮੁੱਕਣਗੇ, ਅਸੀਂ ਮੁੱਕ, ਜਿੰਨੀ ਮਰਜ਼ੀ ਕਰਦੇ ਜਾਓ। ਲੋਕ ਨੀ ਮੁੱਕਣਗੇ, ਮੈਂ ਮੁੱਕ ਜਾਣਾ, ਇਹ ਤਾਂ ਚੱਲਦਾ ਰਹਿਣਾ। ਸੋ ਉਹਦੇ ਭੰਡਾਰੇ ਕਦੀ ਵੀ ਖੁੱਟਦੇ, ਉਹਦੇ ਭੰਡਾਰੇ ਹਮੇਸ਼ਾ ਭਰਪੂਰ ਨੇ। ਨੌ ਖਜ਼ਾਨੇ ਪੁਰਾਣਿਆਂ ਰਿਸ਼ੀਆਂ ਮੁਨੀਆਂ ਜਾਂ ਹੋਰਾਂ ਜਿਹੜੇ ਸਿਆਣੇ ਲੋਕ ਉਹਨਾਂ ਮੰਨੇ ਨੇ, ਉਹ ਸਾਰੇ ਖਜ਼ਾਨੇ ਉਸ ਬੰਦੇ ਦੇ। ਇੱਕ ਸਿਰਫ ਇੱਕ ਨਮੂਨਾ ਮਾਤਰ ਹੈ ਸਮਝਾਉਣ ਲਈ, ਜਿਸ ਦੇ ਅੰਦਰ ਪਰਮਾਤਮ ਦੇਵ ਦਾ ਪਿਆਰ, ਗੁਰੂ ਦਾ ਪਿਆਰ ਬੈਠ ਗਿਆ, ਉਹਨੂੰ ਸਮਝ ਲਓ, ਉਹ ਆਪਣੇ ਆਪ ਨੂੰ ਦੁਨੀਆਂ ਦਾ ਸਭ ਤੋਂ ਅਮੀਰ ਇਨਸਾਨ ਮੰਨਦਾ ਹੈ। ਅਗਲੀ ਗੱਲ ਜਿਹੜੀ ਹੈ, ਜਿਸ ਤੋਂ ਦੇਹ ਸੋ ਤ੍ਰਿਪਤ ਅਘਾਵੇ, ਆਪਣੇ ਆਪ ਕੋਈ ਰੱਜ ਨਹੀਂ ਸਕਦਾ। ਉਹ ਜੇ ਸੋਚੇ ਨਾ ਜੇ ਮੇਰੇ ਕੋਲ ਆ ਜੇ ਵੱਡੀ ਨੌਕਰੀ ਹੋ ਜੇ, ਚਾਰ ਘਰ ਹੋ ਜਾਣ, 10 ਪੁੱਤਰ ਹੋ ਜਾਣ, ਤਾਂ ਮੈਂ ਰੱਜ ਜੂ? ਨੋ ਵੇ, ਰੱਜ ਨਹੀਂ ਸਕਦੇ। ਰੱਜਣਾ ਸਿਰਫ ਉਦੋਂ ਹੀ ਅਸੀਂ ਜਦੋਂ ਸਾਨੂੰ ਪਰਮਾਤਮ ਗੁਰੂ ਨੇ ਸਬਰ ਦੇ ਦਿੱਤਾ ਕਿ ਜੋ ਕੁਛ ਦਿੱਤਾ ਹੈ ਤੇਰਾ ਹੀ। ਮੇਰੇ ਕੋਲ ਤੁਸੀਂ ਸੁਣਾਓ, ਹੁਣ ਅਸੀਂ ਆਪਣੇ ਪਿੰਡ ਛੱਡ ਕੇ ਅਸੀਂ ਸਾਰੇ ਪੰਜਾਬ ਤੋਂ ਬਹੁਤੇ ਜਣੇ ਆਏ ਹੋਏ ਹਾਂ, ਜਾਂ ਹੋਰ ਹਿੱਸਿਆਂ ਚੋਂ ਵੀ ਦੇਸ਼ ਦੇ ਆਏ ਹੋਏ ਹਾਂ, ਅਸੀਂ ਸਾਰੇ ਇੱਥੇ ਕੀ ਕਰਨਾ ਹੈ ਕਿ ਸਾਨੂੰ ਇੱਕ ਖੁੱਲ੍ਹਾ ਡੁੱਲਾ ਵਾਤਾਵਰਨ ਹੋਵੇ, ਕਮਾਈ ਅਸੀਂ ਕਰ ਸਕੀਏ, ਅਸੀਂ ਸੁੱਖ ਸ਼ਾਂਤੀ ਨਾਲ ਰਹਿ ਸਕੀਏ। ਵੀਰ ਜੀ ਨੇ ਉਹਨਾਂ ਨੇ ਤੁਹਾਡੇ ਨਾਲ ਜਿਹੜੀ ਵਿਊਜ਼ ਸਾਂਝੀ ਕੀਤੀ ਹੈ, ਇਹ ਦੁਨੀਆਂ ਦੇ ਵਿੱਚ ਹੁੰਦਾ ਰਹੇਗਾ। ਉਹ ਕਹਿ ਰਹੇ ਸੀ ਉਹਨਾਂ ਨੂੰ ਨਹੀਂ ਪਤਾ ਅਸੀਂ ਕੌਣ ਹੈ, ਕਿਹਦਾ ਕਸੂਰ ਹੈ ਜੀ, ਕਿਹਦਾ ਕਸੂਰ ਹੈ ਜੀ? ਉਹਨਾਂ ਨੂੰ ਨਹੀਂ ਪਤਾ ਅਸੀਂ ਕੌਣ ਹਾਂ ਸਾਡਾ। ਜੇ ਸਾਡੇ ਬੱਚਿਆਂ ਨੂੰ ਨਹੀਂ ਪਤਾ ਗੁਰੂ ਕੀ ਹੈ, ਕਿਹਦਾ ਕਸੂਰ ਹੈ ਸਾਡਾ। ਜੇ ਬੱਚਿਆਂ ਨੂੰ ਪੰਜਾਬੀ ਨਹੀਂ ਆਉਂਦੀ, ਕਿਹਦਾ ਕਸੂਰ ਹੈ ਸਾਡਾ। ਆਹ ਗੁਰਦੁਆਰਾ ਦਿੱਤਾ ਸੀ ਗੁਰੂ ਨੇ, ਇਹਨੂੰ ਕਹਿੰਦੇ ਧਰਮਸਾਲ। ਧਰਮਸਾਲ, ਘਰ ਘਰ ਅੰਦਰ ਧਰਮਸਾਲ ਹੋਏ, ਕੀਰਤਨ ਸਦਾ ਵਸੋਆ। ਵਸੋਆ ਦਾ ਮਤਲਬ ਹੁੰਦਾ ਵਿਸਾਖੀ। ਕਹਿੰਦੇ ਇੰਝ ਕਰ ਲਓ, ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਘਰ ਘਰ ਦੇ ਅੰਦਰ ਤੁਸੀਂ ਸਕੂਲ ਬਣਾ ਲਓ ਗੁਰਮਤ ਦੇ। ਇੱਥੇ ਮੈਂ ਇੱਕ ਚੀਜ਼ ਸਾਂਝੀ ਕਰ ਜਾਵਾਂ। ਦੇਖੋ ਮੇਰਾ ਜਿਹੜਾ ਸਾਰਾ ਵੀਰ ਜੀ ਮਕਸਦ ਹੈ, ਮੈਂ ਆਪਣੀਆਂ ਭੈਣਾਂ ਨੂੰ ਤੇ ਬੱਚਿਆਂ ਨੂੰ
ਇਹ ਕਹਿ ਰਹੀ ਹਾਂ ਪੁਕਾਰ ਪੁਕਾਰ ਕੇ, ਤੁਸੀਂ ਹੋ ਜਿਨ੍ਹਾਂ ਨੇ ਸਮਾਜ ਨੂੰ ਸਿਰਜਣਾ ਹੈ, ਤੁਸੀਂ ਹੋ ਜਿਨ੍ਹਾਂ ਨੇ ਪਰਿਵਾਰ ਨੂੰ ਇਕੱਠਿਆਂ ਰੱਖਣਾ, ਤੁਸੀਂ ਹੋ ਜਿਨ੍ਹਾਂ ਨੇ ਪਰਿਵਾਰ ਨੂੰ ਜੋੜਨਾ ਜਾਂ ਤੋੜਨਾ, ਤੁਸੀਂ ਹੋ ਜਿਨ੍ਹਾਂ ਨੇ ਬੱਚਿਆਂ ਨੂੰ ਬਾਪ ਦੀ ਇੱਜ਼ਤ ਦੇ ਨਾਲ ਜੋੜਨਾ, ਤੁਸੀਂ ਹੋ ਜਿਨ੍ਹਾਂ ਨੇ ਅਸਲੀ ਪਿਓ ਤੇ ਮਾਂ ਗੁਰੂ ਗ੍ਰੰਥ ਸਾਹਿਬ ਨਾਲ ਜੋੜਨਾ। ਜੇ ਤੁਸੀਂ ਪਿੱਛੇ ਰਹਿ ਗਏ ਆ, ਜੇ ਤੁਸੀਂ ਲੋਕਾਂ ਦੀਆਂ ਗੱਲਾਂ ਵਿੱਚ ਆ ਕੇ ਆਪਣੀ ਇਸ ਏਡੇ ਵੱਡੇ ਰੁਤਬੇ ਨੂੰ, ਮਾਂ ਦਾ ਰੁਤਬਾ ਰੱਬ ਦਾ ਰੁਤਬਾ ਹੈ, ਜਿਹੜੀ ਮਾਂ ਨੂੰ ਨੀਵਾਂ ਕਹਿੰਦੇ ਨੇ, ਜਿਹੜੀ ਔਰਤ ਨੂੰ ਨੀਵਾਂ ਕਹਿੰਦੇ ਨੇ, ਉਹਦਾ ਕਿਤੇ ਗੁਜ਼ਾਰਾ ਨਹੀਂ, ਉਹਨਾਂ ਨੂੰ ਛੱਡ ਦਿਓ, ਪਰ ਇਹ ਸੋਚ ਲਓ ਕਿ ਮੈਂ ਆ ਸਮਾਜ ਦੀ ਘੜਨਹਾਰੀ, ਮੈਂ ਆ ਪਰਿਵਾਰ ਦੀ ਘੜਨਹਾਰੀ, ਮੈਂ ਇਸ ਪਰਿਵਾਰ ਨੂੰ, ਮੈਂ ਇਸ ਸੰਸਾਰ ਨੂੰ ਆਪਣੇ ਬੱਚੇ ਵਧੀਆ ਤੋਂ ਵਧੀਆ ਬਣਾ ਕੇ ਇਹ ਯੋਗਦਾਨ ਪਾਉਣਾ। ਇਹ ਤੁਹਾਨੂੰ ਰੱਬ ਨੇ ਬਹੁਤ ਵੱਡੀ ਜਿਹੜੀ ਡਿਊਟੀ ਦਿੱਤੀ ਹੋਵੇ, ਕੰਮ ਪਿੱਛੇ ਰਹਿ ਜਾਣ, ਪੈਸਾ ਪੇਸ਼ਕ ਘੱਟ ਆ ਜੇ, ਪਰ ਬੱਚੇ ਤੋਂ ਕਦੀ ਸਾਡੀ ਕੁਤਾਈ ਨਾ ਹੋਵੇ। ਇਹ ਸੀਗਾ, ਹੁਣ ਇਹ ਸਾਰੀ ਚੀਜ਼ ਹੈ ਜੀ, ਗੱਲਾਂ ਤਾਂ ਬਹੁਤ ਕਰਨ ਵਾਲੀਆਂ ਨੇ, ਪਰ ਮੈਂ ਹੁਣੇ ਵੀਰ ਜੀ ਮੈਨੂੰ ਪਿਛਲੀ ਵਾਰੀ ਮੇਰੇ ਉਹਨਾਂ ਦੀ ਆ ਕੇ ਅਸੀਂ ਮਿਲੇ ਤਾਂ ਅਸੀਂ ਗੱਲ ਕਰ ਰਹੇ ਸੀ ਕੈਂਪ ਦੀ। ਕੈਂਪ ਦੇ ਵਿੱਚ ਮੈਂ ਤੁਹਾਨੂੰ ਕਹੂੰ ਕਿ ਬੱਚਾ ਜਿਹੜਾ ਹੈਗਾ ਉਹਨੇ ਬਚਣਾ ਤਾਂ ਹੈ ਜੇ ਉਹਨੂੰ ਆਪਣੇ ਇਤਿਹਾਸ ਦੀਆਂ ਕਵੀਸ਼ਰੀਆਂ ਸੁਣਾਓਗੇ ਗਾਣ ਦੇ ਨਾਲ, ਕਿ ਹੁਣ ਉਹਨੇ ਗਾਣੇ ਦੇ ਗਾਣੇ ਜਿਹੜੇ ਮਰਜ਼ੀ ਗਵਾ ਲਓ, ਉਹਨਾਂ ਦਾ ਮਿਊਜ਼ਿਕ ਇਜ਼ ਸੱਚ ਅ ਥਿੰਗ ਵਿਚ ਇਜ਼ ਦ ਫੂਡ ਫੋਰ ਯੋਰ ਸੋਲ। I'm an English teacher. I'll go back in Punjabi and English many times because I have to address all the kids, everybody else who doesn't understand Punjabi. It's not their fault, it's our fault. It's our fault in the Gurdwara if we don't have proper classes, if we don't have proper training. Jithe Gurbani Santhya tusi nahi sikhde, main apne veeran nu hi benti karangi ki itthe classan de vadh to vadh intezam karo. ਅਸੀਂ ਸ਼ੁਰੂ ਤੋਂ ਕਲਾਸਾਂ ਲਾਉਂਦੇ ਆਏ ਹਾਂ, ਗੁਰਦੁਆਰਿਆਂ 'ਚ ਵੱਡਿਆਂ ਦੀ ਕਲਾਸ ਹੁੰਦੀ ਹੈ, ਬਜ਼ੁਰਗਾਂ ਦੀ ਕਲਾਸ ਹੁੰਦੀ ਹੈ, ਭੈਣਾਂ ਦੀ ਕਲਾਸ ਹੈ, ਬੱਚਿਆਂ ਦੀ ਕਲਾਸ ਹੈ। ਵਾਈ ਕੈਂਟ ਵੀ ਹੈਵ ਅ ਕਲਾਸ ਵੇਅਰ ਵੀ ਲਰਨ ਹਾਊ ਟੂ ਰੀਡ ਗੁਰਬਾਣੀ? ਸਾਨੂੰ ਨਹੀਂ ਪਤਾ ਗੁਰਬਾਣੀ ਨੂੰ ਕਿੱਦਾਂ ਪੜ੍ਹਿਆ ਜਾਂਦਾ, ਕਿਉਂਕਿ ਇਹਦੇ ਵਿੱਚ ਮੈਂ ਅਰਜ਼ ਕਰਦੀ ਜਾਵਾਂ 27 ਬੋਲੀਆਂ ਵਰਤੀਆਂ ਨੇ ਮੇਰੇ ਸੱਚੇ ਪਾਤਸ਼ਾਹ ਨੇ। ਕੌਣ ਕਹਿੰਦਾ ਇਕੱਲੀ ਪੰਜਾਬੀ ਹੈ? ਪੰਜਾਬੀ ਮਾਂ ਹੈ ਸਭ ਨੇ ਉਹਦੇ, ਪੰਜਾਬੀ 'ਚ ਮੈਕਸੀਮਮ ਸ਼ਬਦ ਨੇ, ਉਹ ਜਿਹੜੀ ਉਸ ਟਾਈਮ ਦੀ ਪੰਜਾਬੀ ਸੀ, ਜਿਹੜੀਆਂ ਇਹਦੀਆਂ ਲਗਾ ਮਾਤਰਾ ਨੇ ਉਹ ਪੰਜਾਬੀ ਦੀ ਵਿਆਕਰਨ ਨਹੀਂ ਹੈ, ਉਹ ਗੁਰਬਾਣੀ ਦੀ ਵਿਆਕਰਨ ਹੈ ਜਿਹੜੀ ਬਿਲਕੁਲ ਵੱਖਰੀ ਹੈ। ਸਿਆਰੀ ਲੱਗੀ ਤਾਂ ਮਤਲਬ ਹੈ, ਬਿਹਾਰੀ ਲੱਗੀ ਤੇ ਮਤਲਬ ਹੈ, ਔਂਕੜ ਲੱਗਾ ਤੇ ਮਤਲਬ ਹੈ। ਸਾਨੂੰ ਦੀ ਬਿਮਾਰੀ ਇਹ ਲੱਗੀ ਆਪਾਂ ਦਲਾਵਾਂ ਤੇ ਬੋਲਣੀ, ਆਪੇ ਜੋ ਮਰਜ਼ੀ ਪੜੀ ਜਾਓ, ਕਹਿੰਦੇ ਜੀ ਆਪੇ ਪੜ੍ਹ ਪੜ੍ਹ ਠੀਕ ਹੋ ਜੂ, ਤੁਹਾਡਾ ਨਿਆਣਾ ਸਕੂਲ 'ਚ ਸਾਰੀ ਗਲਤ ਅੰਗਰੇਜ਼ੀ ਬੋਲੇ, ਮੈਂ ਉਹਨੂੰ ਪਾਸ ਕਰ ਦੂੰ? ਨੋ, ਜੋ ਗਲਤ ਅੰਗਰੇਜ਼ੀ ਲਿਖੂ ਪਾਸ ਕਰ ਦੂੰ? ਇੱਕ ਬੜੇ ਪਿਆਰੇ ਅਦੀਬ ਨੇ ਪ੍ਰਿੰਸੀਪਲ ਹਰਭਜਨ ਸਿੰਘ ਜੀ USA ਵਾਲੇ, ਕਿਤੇ ਉਹਨਾਂ ਦੀ ਸੀਡੀ ਸੁਣਿਆ ਜੇ, ਕੰਨ ਖੁੱਲ ਜਾਣਗੇ ਸਾਡੇ। ਉਹ ਕਹਿੰਦੇ ਨੇ ਮੈਂ ਉਹਨੂੰ ਪੜ੍ਹਿਆ ਲਿਖਿਆ ਮੰਨਦਾ ਜਿਹੜਾ ਇੱਕ ਲਾਈਨ ਮੈਨੂੰ ਸਿਰਫ ਸੁਣ ਕੇ ਗੁਰਬਾਣੀ ਦੀ ਸਹੀ ਲਿਖ ਕੇ ਵਿਖਾ ਦੇ। ਸਹੀ ਲਿਖਣਾ ਹੀ ਖਾਸ ਗੁਰਬਾਣੀ ਨੂੰ ਸਮਝਣਾ ਤੇ ਸਿੱਖਣਾ। ਸੋ ਇਹ ਕਵੀਸ਼ਰੀ ਹੈਗੀ, ਕਿਉਂਕਿ 84 ਦਾ ਦਿਨ ਹੋਣੇ ਹੋਣੇ ਗਿਆ, ਮੈਂ ਦੋ ਤਿੰਨ ਅਰਜ਼ਾਂ ਹੋਰ ਕਰਨੀਆਂ ਨੇ, ਟਾਈਮ ਬਹੁਤ ਥੋੜ੍ਹਾ, ਬਟ ਵੀ ਵਿਲ ਜਸਟ ਟਰਾਈ ਟੂ ਰਸ਼ ਅਪ, ਆਮ ਸੋਰੀ। ਅਗਲੀ ਵਾਰੀ ਵੀਰ ਜੀ ਸ਼ਾਇਦ ਮੇਰੀ ਬੇਨਤੀ ਮੰਨਣਗੇ ਤੇ ਆਪਾਂ ਬਟ ਜ਼ਿਆਦਾ ਟਾਈਮ ਲੈ ਕੇ ਫਿਰ ਅਸੀਂ ਗੁਰੂ ਦੀ ਦੱਬ ਕੇ ਵਿਚਾਰ ਕਰਾਂਗੇ। ਇਹ ਜਿਹੜੀ ਹੈਗੀ 84 ਦੀ ਗੱਲ ਹੈ, ਕਵੀਸ਼ਰੀ ਹੈ। ਮੈਂ ਚਾਹਾਂਗੀ ਕਿ ਜਦੋਂ ਤੁਸੀਂ ਬੱਚਿਆਂ ਨੂੰ ਕੈਂਪ ਲਗਾਉਣਾ ਹੈ, ਉਹਦੇ 'ਚ ਕਵੀਸ਼ਰੀ ਪੱਕਾ ਰਟਾਈ ਜਾਵੇ। ਅਸੀਂ ਰਟਾਈ ਸੀ, ਮੈਂ ਨੈਜ਼ਰਥ ਈਸਟਰਨ ਕੈਂਪ ਲਗਾਇਆ ਸੀ 7 ਦਿਨ ਦਾ, ਉਹ ਬੱਚੇ ਅੱਜ ਤੱਕ ਯਾਦ ਕਰਦੇ। ਸੋ ਇਹ ਹੈਗਾ 84 ਦੀ ਗੱਲ। ਕਿਸੇ ਨੇ ਬਹੁਤ ਸੋਹਣੀ ਤੁਸੀਂ ਸੁਣਿਆ ਵੀ ਹੋਣਾ, ਬਟ ਆਈ ਆਲਵੇਜ ਵਾਂਟ ਟੂ ਡੂ ਦਿਸ, ਕਿਉਂਕਿ ਅਸੀਂ ਇਹ ਸੁਣ ਸੁਣ ਕੇ ਵੱਡੇ ਹੋਣੇ। ਗੀਤ ਪਾਉਣੇ ਚਾਹੀਦੇ ਨੇ, ਕਿਹੜੇ ਗੀਤ? ਬੇਅੰਤ ਜਦੋਂ ਦਿਲ ਦੀ ਸੁਣਾਈ ਗੱਲ ਜੀ, ਬੇਅੰਤ ਜਦੋਂ ਦਿਲ ਦੀ ਸੁਣਾਈ ਗੱਲ ਜੀ,
ਵੇਖਿਆ ਸਜਣ ਨੇ ਸਜਣ ਵੱਲ ਜੀ ਵੇਖਿਆ ਸਜਣ ਨੇ ਸਜਣ ਵੱਲ ਜੀ ਸਿੱਖੀ ਨਾਲ ਦਗਾਨਾ ਕਮਾਈ ਵੀ ਰਿਹਾ ਸਿੰਘ ਨਾਲ ਵੈਰ ਨਾ ਤੂੰ ਪਾਈ ਵੀ ਰਿਹਾ ਉਹ ਸਿੰਘ ਨਾਲ ਵੈਰ ਨਾ ਤੂੰ ਪਾਈ ਵੀ ਰਿਹਾ ਸਿੰਘ ਨਾਲ ਲੈ ਪਾ ਕਿਸੇ ਨਾ ਖੱਟਿਆ ਜਿਸ ਨੂੰ ਵੀ ਪੈ ਗਈ ਉਹਦਾ ਮੁੰਡ ਪੱਟਿਆ ਜਿਸ ਨੂੰ ਵੀ ਪੈ ਗਈ ਉਹਦਾ ਮੁੰਡ ਪੱਟਿਆ ਭਾਵੇਂ ਹੈ ਇਹਨਾਂ ਨੂੰ ਆਰੀਆਂ ਨਾ ਚੀਰਿਆ ਸਿੰਘ ਨਾਲ ਵੈਰ ਨਾ ਉਹ ਸਿੰਘ ਨਾਲ ਵੈਰ ਨਾ ਕਮਾਈ ਵੀ ਰਿਹਾ ਜਸ ਪਤ ਲਖੂ ਜ਼ਕਰੀਆ ਖਾਨ ਨੇ ਚੱਕਿਆ ਸਵਾਲ ਸੀ ਮਜੀਦ ਖਾਨ ਨੇ ਬਦਲਾ ਚੁਕਾਉਂਦੇ ਖਿੱਚ ਕੇ ਲਕੀਰਿਆ ਸਿੰਘ ਨਾਲ ਵੈਰ ਨਾ ਤੂੰ ਪਾਈ ਵੀ ਰਿਹਾ ਵੈਰੀ ਆਪਣੇ ਨੂੰ ਜਾਗ ਲੈ ਤੇ ਨੱਪਦੇ ਵੈਰੀ ਆਪਣੇ ਨੂੰ ਜਾਗ ਲੈ ਤੇ ਨੱਪਦੇ ਦੂਜਾ ਸਾ ਨਾ ਲਵੇ ਐਸੀ ਖੁੰਭ ਠੱਪ ਦੇ ਦੂਜਾ ਸਾ ਨਾ ਲਵੇ ਐਸੀ ਖੁੰਭ ਠੱਪ ਦੇ ਰੰਗੜ ਮਸੇ ਨੂੰ ਵੱਡ ਸਿਰੋਂ ਚੀਰਿਆ ਉਹ ਸਿੰਘ ਨਾਲ ਵੈਰ ਨਾ ਕਮਾਈ ਵੀ ਰਿਹਾ ਇਹਨਾਂ ਨਾਲ ਲੜ ਖੱਟਿਆ ਕੀ ਇੰਦਰਾ ਇਹਨਾਂ ਨਾਲ ਲੜ ਖੱਟਿਆ ਕੀ ਇੰਦਰਾ ਕੋਈ ਆਪਣੇ ਹੀ ਰਾਜ ਦਾ ਤੁੜਾ ਕੇ ਜਿੰਦਰਾ ਆਪਣੇ ਹੀ ਰਾਜ ਦਾ ਤੁੜਾ ਕੇ ਜਿੰਦਰਾ ਮਾੜੀ ਕਰਨੀ ਦੀ ਮਾੜੀ ਹੀ ਅਖੀਰਿਆ ਉਹ ਸਿੰਘ ਨਾਲ ਵੈਰ ਨਾ ਤੂੰ ਪਾਈ ਵੀ ਰਿਹਾ ਮਾਰਿਆ ਨਾ ਗੋਲੀ ਨਾ ਮੁਕਾਇਆ ਮੁੱਕਣਾ ਮਾਰਿਆ ਨਾ ਗੋਲੀ ਨਾ ਮੁਕਾਇਆ ਮੁੱਕਣਾ ਉਹ ਸਿੰਘਾਂ ਨੇ ਤਾਂ ਦੁੱਖਾਂ ਵਿੱਚੋਂ ਦਾਰੂ ਲੱਭਣਾ ਸਿੰਘਾਂ ਨੇ ਤਾਂ ਦੁੱਖਾਂ ਵਿੱਚੋਂ ਦਾਰੂ ਲੱਭਣਾ ਵੈਦਿਆ ਜੀ ਜਿੰਨਾ ਕਰਦੀ ਅਖੀਰਿਆ ਵੈਦਿਆ ਜੀ ਜਿੰਨਾ ਕਰਦੀ ਅਖੀਰਿਆ ਸਿੰਘਾਂ ਨਾਲ ਵੈਰ ਨਾ ਤੂੰ ਪਾਈ ਵੀ ਰਿਹਾ ਮਾਰ ਸਰਕਾਰਾਂ ਦੇ ਨੀ ਸਿੰਘ ਮੁੱਕਦੇ ਮਾਰ ਸਰਕਾਰਾਂ ਦੇ ਨੀ ਸਿੰਘ ਮੁੱਕਦੇ ਉਹ ਜੰਗਲਾਂ ਚ ਰਹਿੰਦੇ ਸਦਾ ਸ਼ੇਰ ਬੁੱਕਦੇ ਜੰਗਲਾਂ ਚ ਰਹਿੰਦੇ ਸਦਾ ਸ਼ੇਰ ਬੁੱਕਦੇ ਮਰੇਗਾ ਨੀ ਜੀ ਦਾ ਬਾਜਾਂ ਵਾਲਾ ਪੀਰਿਆ ਮਰੇਗਾ ਨੀ ਜੀ ਦਾ ਬਾਜਾਂ ਵਾਲਾ ਪੀਰਿਆ ਸਿੰਘਾਂ ਨਾਲ ਵੈਰ ਨਾ ਤੂੰ ਪਾਈ ਵੀ ਰਿਹਾ ਇਹ ਜੀ ਕਵੀਸ਼ਰੀਆਂ ਤੁਸੀਂ ਆਪਣੇ ਵੀਰਾਂ ਨੂੰ ਬੱਚਿਆਂ ਨੂੰ ਰਟਾ ਦਿਓ ਮੈਂ ਕਹਿੰਦੀ ਹਾਂ ਜੋ ਲੱਭ ਲੱਭ ਕੇ ਨਾ ਤੁਹਾਡਾ ਇਤਿਹਾਸ ਪੜ੍ਹ ਲਈਏ ਮੇਰਾ ਨਾਂ ਵਟਾ ਦਿਆ ਜੀ ਇੱਕ ਮੈਂ ਚੀਜ਼ ਤੁਹਾਡੇ ਨਾਲ ਹੋਰ ਸਾਂਝੀ ਕਰਨੀ ਹੈ ਉਹ ਹੈ ਕਿਸੇ ਪੰਜਾਬੀ ਮਾਂ ਬੋਲੀ ਦੀ ਮੇਰੇ ਕੋਲ ਹੁਣ ਟਾਈਮ ਨਹੀਂ ਹੈ ਇਹ ਮੈਗਜ਼ੀਨ ਆਉਂਦੇ ਲੁਧਿਆਣੇ ਤੋਂ ਇਹਦੇ ਵਿੱਚ ਹੈਗਾ ਮਾਂ ਬੋਲੀਏ ਪੰਜਾਬੀ ਇਹ ਨਹੀਂ ਮਾਣਮੱਤੀਏ ਉਹ ਸ਼ਾਇਰਾਂ ਦੇ ਨਾਂ ਲੈ ਰਿਹਾ ਵੀਰ ਵੀ ਇੰਨੇ ਬੁੱਲੇ ਸ਼ਾਹ ਨੇ ਤੈਨੂੰ ਪੜਿਆ ਹੁਣ ਮੈਂ ਸਾਰੀ ਨਹੀਂ ਪੜ੍ਹ ਸਕਦੀ ਬਿਕੋਜ਼ ਵੀ ਓਨਰ ਦਾ ਟਾਈਮ ਸੋ ਕਹਿੰਦੇ ਜੁੱਗਾਂ ਤੱਕ ਤੈਨੂੰ ਪਾਤਸ਼ਾਹੀਆਂ ਮਿਲੀਆਂ ਰਹੀਆਂ ਬਾਬੇ ਫਰੀਦ ਤੋਂ ਪਾਤਸ਼ਾਹੀ ਮਿਲੀ ਗੁਰੂਆਂ ਤੋਂ ਪਾਤਸ਼ਾਹੀ ਮਿਲੀ ਵੱਡੇ ਵੱਡੇ ਸੂਫੀਆਂ ਤੋਂ ਪਾਤਸ਼ਾਹੀ ਮਿਲੀ ਫਰੀਦ ਜੀ ਤੋਂ ਬੁੱਲੇ ਸ਼ਾਹ ਤੋਂ ਔਰ ਅਨੇਕਾਂ ਹੀ ਜਿਹੜੇ ਰੱਬ ਨੂੰ ਧਿਆਉਣ ਵਾਲੇ ਉਹਨਾਂ ਨੇ ਪੰਜਾਬੀ ਚ ਰੱਬ ਨੂੰ ਧਿਆਇਆ ਗੀਤਕਾਰਾਂ ਨੇ ਅਖੀਰ ਕਰ ਛੱਡੀ ਆ ਗੰਦ ਨੇ ਨਹੀਂ ਮਿਹਰਬਾਨੀ ਕਰਕੇ ਮੇਰੀਓ ਭੈਣੋ ਓਏ ਮੇਰੇ ਵੀਰੋ ਮੇਰਾ ਤੁਹਾਡੇ ਚਰਨਾਂ ਚ ਸੀਸ ਰੱਖਾਂ ਕਹੋ ਤੇ ਆਪਣੇ ਘਰਾਂ ਚੋਂ ਗੰਦੇ ਗੀਤ ਕੱਢ ਦਿਓ ਉਹ ਜ਼ਹਿਰ ਹੈ ਉਹਨਾਂ ਦੇ ਕੰਨਾਂ ਲਈ ਉਹ ਜ਼ਹਿਰ ਹੈ ਉਹਨਾਂ ਦੀ ਸੁਰਤ ਲਈ ਉਹ ਜ਼ਹਿਰ ਹੈ ਉਹਨਾਂ ਦੀ ਜ਼ਿੰਦਗੀ ਲਈ ਉਹ ਚੰਗੇ ਲੱਗਦੇ ਨੇ ਕਿਉਂਕਿ ਸਾਹਿਬ ਕਹਿੰਦੇ ਨੇ ਗੰਧਨ ਵੈਣ ਰਤਾ ਹਿਤਕਾਰੀ ਉਹ ਜੇ ਤੇਰੇ ਕੰਨ ਗੰਦੇ ਗੀਤਾਂ ਚ ਗਿੱਜ ਗਏ ਤੈਨੂੰ ਬਾਣੀ ਕਦੀ ਸੁਣੀ ਨਹੀਂ ਜਾਣੀ ਸੋ ਇਸ ਕਰਕੇ ਅਖੀਰ ਚ ਪੰਜਾਬੀ ਮਾਂ ਬੋਲੀ ਕਹਿੰਦੀ ਹੈ ਓਏ ਸ਼ਾਇਰਾ ਮੈਂ ਤੇਰੀ ਸਾਰੀ ਲਈ ਮੈਂ ਸੁਣ ਸ਼ਾਇਰੀ ਪੁੱਤ ਜੀਂਦਿਆਂ ਦੇ ਲੁਕੁੱਤੀ ਅਖਵਾਈ ਮੈਂ ਮੈਨੂੰ ਜਿਉਂਦਿਆਂ ਹੀ ਇਹਨਾਂ ਮਾਰ ਸੁੱਟਿਆ ਨਾਲ ਸਬਰ ਦੇ ਪੀੜ ਹੰਡਾਈ ਮੈਂ ਤਾਂ ਜਦੋਂ ਪੁੱਤਰ ਨੇ ਵੇਖ ਬੇਮੁੱਖ ਹੁੰਦੇ ਹੁਣ ਕਹਿੰਦੇ ਓ ਤੁਸੀਂ ਪੰਜਾਬੀ ਬੋਲਦੇ ਅਸੀਂ ਤਾਂ ਨਹੀਂ ਓ ਤੇ ਗਵਾਰੂ ਭਾਸ਼ਾ ਪੇਂਡੂ ਭਾਸ਼ਾ ਇਹਦਾ ਮਤਲਬ ਤੁਸੀਂ ਗੁਰੂ ਨੂੰ ਬੇਮੁੱਖ ਹੋ ਰਹੇ ਹੋ ਫਿਰ ਗੁਰੂ ਨੇ ਫਿਰ ਗੁਰੂ ਨੇ ਗਵਾਰੂ ਭਾਸ਼ਾ ਬਣਾਈ ਮੈਂ ਕਹਿੰਦੀ ਹਰ ਬੋਲੀ ਸੀ ਮੈਨੂੰ ਪੰਜ ਆਉਂਦੀਆਂ ਨੇ ਆਮ ਲਰਨਿੰਗ ਸਪੈਨਿਸ਼ ਨਾ I know Urdu, I know Punjabi, I know Hindi, I know English. Perfect. I love
ਆਲ ਦਾ ਲੈਂਗੁਏਜਸ। ਅਸੀਂ ਕਦੇ ਵੀ ਨਹੀਂ ਕਹਾਂਗੇ ਕਿ ਹੋਰ ਕੋਈ ਬੋਲੀ ਸਿੱਖੋ। 125 ਬੋਲ ਚਾਲ ਦੀਆਂ ਬੋਲੀਆਂ ਨੇ ਗੁਰੂ ਗ੍ਰੰਥ ਸਾਹਿਬ 125 ਤੇ 27 ਲਿਖੀਆਂ ਜਿਹੜੀਆਂ ਲਿਖਤ ਪੜਤ ਵਿੱਚ ਆਉਂਦੀਆਂ ਨੇ। ਕਿੰਨੀਆਂ ਹੋਈਆਂ ਜੀ? ਇਹਦਾ ਮਤਲਬ ਮੇਰੇ ਗੁਰਾਂ ਨੇ ਸਭ ਦਾ ਸਤਿਕਾਰ ਕੀਤਾ। ਇਹਦਾ ਮਤਲਬ ਮੇਰੇ ਗੁਰਾਂ ਨੇ ਕਿਹਾ ਹਰ ਇੱਕ ਨੂੰ ਇੱਥੇ ਥਾਂ ਹੈ ਜਿਹੜਾ ਇੱਕ ਦੀ ਗੱਲ ਕਰੋ। ਕਿੰਨੇ ਮਹਾਂਪੁਰਸ਼ ਬੈਠੇ ਜੀ ਕੋਈ ਦੱਸੇ ਸੰਗਤ ਚੋਂ? ਗੁਰੂ ਗ੍ਰੰਥ ਸਾਹਿਬ ਦੇ ਅੰਦਰ ਕਿੰਨੇ ਬੈਠੇ ਨੇ? 35 ਮਹਾਂਪੁਰਸ਼। ਸਭ ਨੂੰ ਪਤਾ ਹੋਵੇ ਇੱਥੇ ਸਭ ਨੂੰ ਕਲਾਵਾ ਕਿਹਨੂੰ? ਇੱਕ ਨੂੰ, ਇੱਕ ਨਾਲ ਜੋੜਨ ਵਾਲੇ ਨੂੰ, ਇੱਕ ਦੀ ਗੱਲ ਕਰਨ ਨੂੰ। ਹੁਣ ਮੈਂ ਤੁਹਾਡੇ ਸਾਹਮਣੇ ਥੋੜੇ ਜਿਹੇ ਕੁਐਸਚਨ ਨੇ ਜਿਹੜੇ ਮੈਂ ਸਵੇਰੇ ਮੈਂ ਪਾਠ ਜਦੋਂ ਕੀਤਾ, ਸ਼ਾਇਦ ਮੈਂ ਇਹਨਾਂ ਦਾ ਜਵਾਬ ਵੀ ਦੇਣਾ ਆਪੇ ਦਿਓ। ਕੁਐਸਚਨ ਨੇ ਜੀ, ਅਸੀਂ ਸਾਰੇ ਕੈਂਪ ਦੇ ਉੱਤੇ ਦੁਹਰਾਵਾਂਗੇ। ਕੌਣ ਹੈ ਜੋ ਸਾਰੇ ਮਨੁੱਖਾਂ ਨੂੰ ਅਵਲ ਅੱਲਾ ਦਾ ਨੂਰ ਨਹੀਂ ਮੰਨਦਾ? ਕੋਈ ਇੱਕ ਖਾਸ ਸੋਚ? ਕੌਣ ਹੈ ਜਿਸਨੇ ਪਰਮਾਤਮਾ ਨੂੰ ਵੱਡਿਆ? ਬਹੁਤੀਆਂ 3 ਮੂਰਤੀਆਂ ਜਾਂ 33 ਕਰੋੜ? ਕੌਣ ਹੈ ਜਿਸਨੇ ਲੋਕਾਂ ਨੂੰ ਧਰਮੀ ਬਾਣੇ ਚ ਵੜ ਕੇ ਭਰਮਾਂ ਦੀ ਧੁੰਦ ਪੈਦਾ ਕੀਤੀ, ਦਿਮਾਗ ਸੁੰਨ ਕਰਨ ਲਈ ਇੰਜ ਸਦੀਆਂ ਤੋਂ ਠੱਗਿਆ? ਗੁਰੂ ਜੀ ਨੇ ਸਿੰਘ ਗਰਜ ਸਿੰਘ ਮੁੱਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰੋਆ, ਇਸ ਤੋਂ ਕਿਹਨੂੰ ਖਤਰਾ ਹੈ ਤੇ ਨਫ਼ਰਤ ਵੀ ਕਿਹਨੂੰ? ਰੱਬ ਦੀਆਂ ਮੂਰਤੀਆਂ ਘੜ ਕੇ ਮਨੁੱਖਾਂ ਨੂੰ ਸਮਝ ਅਕਲ ਤੋਂ ਵਿਰਵਾ ਕੀਤਾ। ਹੁਣ ਗੁਰੂ ਗ੍ਰੰਥ ਸਾਹਿਬ ਜੀ ਅਸੀਂ ਮੂਰਤੀ ਕਰਕੇ ਮੱਥਾ ਟੇਕੀ ਜੇ ਅਸੀਂ ਸਾਰੀ ਜ਼ਿੰਦਗੀ ਖਾਲੀ ਰਵਾਂਗੇ? ਜੇ ਪੜ੍ਹਾਂਗੇ, ਸੁਣਾਂਗੇ, ਸਮਝਾਂਗੇ, ਜੀਵਨ ਬਦਲੂਗਾ? ਉਦਾਂ ਤਾਂ ਨਹੀਂ ਬਦਲ। ਜਿਹਨੇ ਮਰਜ਼ੀ ਮੱਥੇ ਟੇਕੀਏ, ਜਿਹਨੇ ਮਰਜ਼ੀ ਅਸੀਂ ਲੰਗਰ ਕਰੇ ਖਾਈ ਜਾਈ, ਖਾਓ, ਜਿਹਨੇ ਮਰਜ਼ੀ ਖਾਓ, ਜਿਹਨੇ ਮਰਜ਼ੀ ਵਰਤਾਓ, ਕੋਈ ਨਹੀਂ ਰੋਕਦਾ। ਆਹ ਲੰਗਰ ਜੇ ਛੱਡਤਾ ਨਾ, ਆਤਮਾ ਕੁਮੜਾ ਕੇ ਕੋਮਾ ਚ ਗਈ ਹੋਈ ਜੀ। ਇਸ ਦਿਨ ਕੋਮਾ, ਜਿਹੜੇ ਕੋਮਾ ਚ ਹੁੰਦੇ ਨਾ ਮਰੀਜ਼, ਤੁਸੀਂ ਦੇਖਿਓ ਨੇ ਵੈਜੀਟੇਬਲ ਹੋ ਜਾਣਾ, ਉਹਨਾਂ ਨੇ ਵੈਜੀਟੇਬਲ ਹੋ ਗਿਆ, ਕੁਛ ਨਹੀਂ ਸੁਧ। ਜਿਸ ਦੇ ਅੰਦਰ ਬਾਣੀ ਦੀ ਵਿਚਾਰ ਤੇ ਦਲੀਲ ਨਹੀਂ ਕੁਤਰੀ, ਉਹ ਬੇਸੁਧ ਹੈ, ਉਹ ਖਪਤ ਹੈ ਇਹਨਾਂ ਨਸ਼ਿਆਂ ਦੇ ਵਿੱਚ। ਕਾਮ ਚ ਖਪਤ ਹੈ ਜਾਂ ਕ੍ਰੋਧ ਦੀਆਂ, ਲੋਭ ਦੀਆਂ, ਮੋਹ ਦੀਆਂ, ਜਿਹੜੇ ਹੈਗੇ ਨੇ ਅਹੰਕਾਰ ਤੁਹਾਡਾ। ਔਰਤਾਂ ਨੂੰ ਨੀਵਾਂ, ਮੈਨੂੰ ਤਾਂ ਇਹਦੇ ਨਾਲ ਸਭ ਤੋਂ ਜ਼ਿਆਦਾ ਨਫ਼ਰਤ ਹੈ ਕਿਉਂਕਿ ਮੈਂ ਔਰਤ ਹਾਂ, ਕਿਉਂਕਿ ਮੇਰੇ ਤੇ ਜਿੰਨੀਆਂ ਜੁੱਤੀਆਂ ਪਈਆਂ ਮੇਰੇ ਵੀਰਾਂ ਨੂੰ ਕੀ ਪਤਾ ਸਾਡੇ ਤੇ ਕਿੰਨੀਆਂ ਜੁੱਤੀਆਂ ਪਈਆਂ, ਔਰ ਅੱਜ ਤੱਕ ਪੈ ਰਹੀ ਹੈ, ਜੰਮਣ ਤੇ ਰੋਕ ਹੈ ਇਹਨੇ, ਇਹਨੂੰ ਕੀ ਪਤਾ ਹੈ? ਆਹ ਤੇ ਮੇਰੇ ਗੁਰੂ ਦਾ ਸਤਿਕਾਰ ਹੈ ਕਿ ਤਖਤ ਤੁਸੀਂ ਬਖਸ਼ਿਆ ਉਹਦੇ ਕਰਕੇ। ਜੇ ਮੇਰੇ ਕੋਲ ਮੇਰੇ ਗੁਰੂ ਦੀ ਗੱਲ ਨਾ ਹੋਵੇ, ਤੁਸੀਂ ਤਾਂ ਨਹੀਂ ਇੱਥੇ ਬੈਠਣ ਦਿਓਗੇ? ਨਹੀਂ ਬੈਠਣਾ, ਇਹ ਮੈਨੂੰ ਨਹੀਂ ਬਿਠਾਇਆ ਤੁਸੀਂ, ਗੁਰੂ ਦੀ ਆਵਾਜ਼ ਨੂੰ ਬਿਠਾਇਆ, ਗੁਰੂ ਦੇ ਸ਼ਬਦ ਨੂੰ ਬਿਠਾਇਆ। ਜਸਵੀਰ ਕੌਰ ਦੇ ਕੋਲ ਤਾਂ ਜੇ ਆਪਣੀਆਂ ਕਹਾਣੀਆਂ ਹੋਣ ਤਾਂ ਕੌਣ ਸੁਣਦਾ? ਜ਼ਰੂਰੀ ਤਾਂ ਨਹੀਂ ਕਿਸੇ ਨੂੰ, ਸਭ ਦੀ ਆਪਣੀ ਕਹਾਣੀ ਹੈਗੀ ਹੈ। ਸੋ ਔਰਤਾਂ ਨੂੰ ਨੀਵਾਂ ਤੇ ਮਤਹੀਣ, ਕਮਜ਼ੋਰ ਤੇ ਸਿਰਫ ਮਿੱਟੀ ਦੀ ਇੱਕ ਪੁਤਲੀ, ਜਿਸ ਨੂੰ ਰੱਖਿਆ ਦੀ ਲੋੜ ਹੈ। ਕਿਸਨੇ ਪ੍ਰਚਾਰ ਕੀਤਾ? ਗੁਰੂ ਤੇ ਕਹਿੰਦਾ ਸੋ ਕਿਉਂ ਮੰਦ ਆਖੇ ਜਿੱਤ ਜੰਮੇ ਰਾਜਾ, ਗੁਰੂ ਤੇ ਕਹਿੰਦਾ ਇਹ ਸੁਹਾਗਣ, ਇਹ ਸੀਲਵੰਤੀ, ਇਹ ਪੁੱਤਰਵੰਤੀ, ਇਹ ਸਭ ਸ਼ਿੰਗਾਰਾਂ ਦੀ ਮਾਲਿਕ। ਓਏ ਤੁਹਾਡੇ ਘਰ ਦਾ ਸ਼ਿੰਗਾਰ ਹੈ, ਅੱਜ ਮਰਦੀ ਦੂਜੀ ਲਿਆਉਂਦੇ ਹੋ। ਗਿਆਨ ਤੋਂ ਤੋੜਨਾ, ਬੁੱਤਾਂ ਨਾਲ ਜੋੜਨਾ, ਬੁੱਤਾਂ ਨਾਲ ਪਤਾ ਕਿਉਂ ਜੋੜਿਆ ਜਾਂਦਾ? ਬੁੱਤ ਕੁਛ ਨਹੀਂ ਬੋਲਦੇ, ਪੱਥਰ ਦਾ ਬੁੱਤ ਚੁੱਪ, ਉਹ ਪੂਜ ਭਾਂਗੜਾ ਕਹਿੰਦਾ ਨਾ ਪੱਥਰ ਦਾ ਬੁੱਤ ਪੂਜਣਾ, ਤੂੰ ਵੀ ਚੁੱਪ ਰਹਿ, ਚੁੱਪ ਜੋ ਚੁੱਪ ਰਹਿੰਦੇ ਨੇ ਉਹਨਾਂ ਨੂੰ ਕੋਈ ਨੀ ਗੋਲੀ ਮਾਰਦਾ, ਜਿਹੜੇ ਬੋਲਦੇ ਨੇ ਸਿੰਘ ਗਰਜ ਵਾਂਗ ਸੱਚ ਦਾ ਬਿਆਨ ਕਰਦੇ ਗੋਲੀ ਤਿਆਰ ਹੈ। ਅੱਜ ਵੱਧ ਰਹੀਆਂ ਨੇ, ਪਤਾ ਵੱਧ ਰਹੀਆਂ। ਓਕੇ, ਜਾਤੀਆਂ ਗਿਆਨ ਤੋਂ ਤੋੜਨਾ ਤੇ ਗਿਆਨ ਸਾਰੇ ਨੂੰ ਆਪਣੇ ਕਬਜ਼ੇ ਵਿੱਚ ਕਰਨਾ ਤੇ ਕਹਿਣਾ ਮੈਂ ਤੁਹਾਡਾ ਗੁਰੂ ਹਾਂ, ਭਾਈ ਤੁਸੀਂ ਮੈਨੂੰ ਪੁੱਛ ਕੇ ਚੱਲੋਗੇ, ਮੈਂ ਤੁਹਾਨੂੰ ਪੜ੍ਹਨ ਨੂੰ ਸ਼ੂਦਰੋ, ਮੈਂ ਤੁਹਾਨੂੰ ਪੜ੍ਹ ਨਹੀਂ ਦੇਣਾ, ਕਿਹੜੇ ਸ਼ੂਦਰ? ਇਹਦਾ ਮਤਲਬ ਰੱਬ ਦੀ ਖਲਕਤ ਨੂੰ ਤੋੜਦਾ ਤੇ ਗੁਰੂ ਨੇ ਜੋੜਿਆ ਸਕਦੇ, ਉਹਦਾ ਵੈਰ ਹੈ ਗੁਰੂ ਨਾਲ ਹਮੇਸ਼ਾ ਤੋਂ, ਸਦੀਆਂ ਤੋਂ ਰਹੇਗਾ, ਰਹੇਗਾ। ਪਰ ਅਸੀਂ ਕੌਣ ਆ? ਯੋਧੇ। ਅਸੀਂ ਕੌਣ ਆ? ਸੂਰਮੇ। ਅਸੀਂ ਕੌਣ? ਸੂਰਮੇ ਕੌਣ ਹੁੰਦੇ ਨੇ? ਜਿਹੜੇ ਸੱਚ ਦੀ ਹਾਮੀ ਭਰਦੇ ਨੇ। ਸਾਹਿਬ ਕਹਿੰਦੇ ਬੋਲ ਸੋ ਧਰਮੀੜਿਆ, ਮੋਨ ਕਤ ਧਾਰੀ ਰਾਮ।
ਉਹ ਮੌਜੂਦ ਤਾਰੀਖ ਹੋਈ ਹੈ ਭਾਈ ਬੋਲੋ। ਕਹਿੰਦੇ ਜਦ ਤੱਕ ਦੁਨੀਆਂ ਰਹੀ ਹੈ ਨਾਨਕ ਕੁਝ ਸੁਣੀਏ ਕੁਝ ਗਈ। ਹੁਣ ਸਾਡੇ ਕਹਿੰਦੇ ਗੁਰਦੁਆਰੇ ਆ ਕੇ ਜੀ ਤੁਸੀਂ ਬਸ ਇੱਕ ਬੈਠੇ ਰਹੋ ਸੁਣੀ ਚੱਲੋ ਬੋਲੋ ਕੁਛ ਨਹੀਂ। ਇੱਥੇ ਆਦਾਨ ਪ੍ਰਦਾਨ ਡਾਇਲੋਗ ਹੋਣਾ ਚਾਹੀਦਾ ਹੈ ਆਲ ਦੀ ਟਾਈਮ ਸੈਮੀਨਾਰਸ ਵੇਅਰ ਪੀਪਲ ਆਰ ਫ੍ਰੀ ਟੂ ਆਸਕ ਕੁਐਸਚਨਸ। ਔਰ ਭਾਈ ਸਾਹਿਬ ਔਰ ਗ੍ਰੰਥੀ ਜਿਹੜੀ ਸਾਡੀ ਕਮੇਟੀ ਹੋਵੇ ਉਹ ਇੰਨੇ ਲਾਇਕ ਹੋਣ ਕਿ ਉਹ ਦੱਸ ਸਕਣ ਉਹਨਾਂ ਦੇ ਹਰ ਇੱਕ ਸਵਾਲ ਦਾ ਜਵਾਬ। ਇਹ ਨਹੀਂ ਕਿ ਚੁੱਪ ਕਰਕੇ ਬਿਠਾ ਦੂੰ, ਚੁੱਪ ਕਰ ਜਾ ਤੇਰੇ ਮੈਂ ਦੋ ਲਾਉਣੀ ਹੈ ਇਹ ਵੀ ਕਹਿੰਦੇ ਵਾਹ। ਹੁਣ ਮੇਰਾ ਬੱਚਾ ਮੈਨੂੰ ਸਵਾਲ ਪੁੱਛੇ ਅਗਰ ਇੰਗਲਿਸ਼ ਤੋਂ ਮੈਥ ਤੋਂ ਤੇ ਮੈਂ ਦੋ ਚ ਬੜਾ ਮਾਰ ਕੇ ਬਿਠਾ ਦਾਂ ਆਜੂ ਉਹਨੂੰ। ਸੋ ਇਹ ਬਹੁਤ ਸਵਾਲ ਹੈਗੇ ਜੀ, ਆਪਣੇ ਕੋਲ ਇੰਨਾ ਟਾਈਮ ਨਹੀਂ ਹੈਗਾ। ਮੇਰਾ ਮਤਲਬ ਇੱਕੋ ਹੀ ਹੈ ਵੀਰੋ ਤੇ ਭੈਣੋ ਏਕੇ ਦਾ ਪਾਠ ਪੜ੍ਹ ਲਓ। ਤੁਸੀਂ ਜੋ ਮਰਜ਼ੀ ਵੀ ਮਾੜੇ ਮੋਟੇ ਵਿਤਕਰੇ ਹੋਣ ਕਿਸੇ ਦੇ, ਸਾਨੂੰ ਨਾ ਦੁਸ਼ਮਣ ਮਾਰ ਮਾਰ ਕੇ ਟਕਰਾ ਟਕਰਾ ਕੇ ਹੱਸ ਰਿਹਾ ਜੇ। ਕੌਣ ਹੈ ਉਹ ਜਿਹਨੇ ਆਪਣੇ ਡੇਰੇ ਚਲਾਉਣੇ, ਜਿਹਨੇ ਆਪਣੀ ਚਲਾਉਣੀ ਹੈ ਸਰਦਾਰੀ ਤੇ ਲੋਕਾਂ ਨੂੰ ਮਾਰ ਮੂਰ ਕੇ ਇੱਧਰ ਉੱਧਰ ਵਰਗੜਾ ਕੇ ਚਲੋ ਜੀ ਤੁਹਾਨੂੰ ਰਾਤ ਹੋਰ ਦਾ ਕਿਸੇ ਨੂੰ ਕੁਛ ਕਹਿੰਦਾ, ਕਿਸੇ ਕਹਿੰਦਾ ਮੀਟਾਂ ਤੋਂ ਲੜਿਓ, ਕਿਸੇ ਨੂੰ ਕਿਹਾ ਫਲਾਣੀ ਚੀਜ਼ ਤੋਂ ਲੜਿਓ, ਕਿਸੇ ਨੂੰ ਕਿਹਾ ਉਹਦੇ ਤੋਂ ਲੜਿਓ, ਕਿਸੇ ਨੂੰ ਕਿਹਾ ਬਾਣੀ ਤੋਂ ਲੜਿਓ। ਬਾਣੀ ਤੇ ਕੋਈ ਬਾਣੀਆਂ ਹੈਗੀਆਂ ਜੀ 10-15 ਸਾਡੀਆਂ? ਨੋ, ਸਿਰਫ ਤੇ ਸਿਰਫ ਸਾਡਾ ਗੁਰੂ ਕੌਣ ਹੈ ਜੀ? ਗੁਰੂ ਗ੍ਰੰਥ ਸਾਹਿਬ, ਹੋਰ ਕੋਈ ਨਹੀਂ, ਹੋਰ ਕੋਈ ਨਹੀਂ, ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ। ਸਾਡੀ ਕੌਮ ਕਿਹੜੀ ਹੈ ਜੀ? ਖਾਲਸਾ ਕੌਮ ਹੈ ਸਾਡੀ। ਸਾਡੀ ਜਾਤ ਗੋਤ ਕਿਹੜੀ ਹੈ ਜੀ? ਕੀ ਹੈ ਸਾਡੀ ਜਾਤ ਗੋਤ? ਸਿੱਖ, ਦੈਟਸ ਆਲ। ਅਸੀਂ ਕੀ ਲਾਇਆ ਮਗਰ? ਭਾਪੇ, ਨਾਈ, ਜੱਟ, ਚੂੜੇ, ਸ਼ੀਮੇ, ਕਿਹਨੇ ਬਣਾਏ? ਗੁਰੂ ਨੇ ਬਣਾਏ। ਗੁਰੂ ਨੇ ਕਿਹਾ ਤੁਸੀਂ ਮੇਰੇ ਪੁੱਤ ਹੋ, ਵੀ ਤੁਹਾਡੀ ਜਾਤ ਤੇ ਮੇਰੀ ਜਾਤ ਇੱਕ, ਅਸੀਂ ਕਿਉਂ ਲਾਏ? ਗੁਰੂ ਨੇ ਕਿਹਾ ਜਨਾਨੀ ਨੂੰ ਕੋਈ ਅਕਲ ਨਹੀਂ ਹੁੰਦੀ, ਇਹਨੂੰ ਘਰ ਚ ਬੰਦ ਰੱਖਿਆ ਕਰੋ, ਇਹਨੂੰ ਚੁੱਪ ਰਹਿਣ ਦਿਆ ਕਰੋ, ਇਹਦੀ ਗੱਲ ਨਹੀਂ ਸੁਣਨੀ, ਇਹਦੀ ਤਾਂ ਗੁੱਤ ਪਿੱਛੇ ਅਕਲ ਹੈ। ਕਿਉਂ? ਇਹਦਾ ਦੇਖੋ ਜਿਹੜੇ ਡੂੰਘੇ ਇਨਸਾਨ ਨੇ, ਜਿਹੜੇ ਮਾਰਾਂ ਮਾਰਨ ਵਾਲੇ ਨੇ, ਉਹ ਕਹਿੰਦੇ ਜੇ ਇਹਨੂੰ ਚੁੱਪ ਕਰਾਤਾ ਇਹਦੀ ਸਾਰੀਆਂ ਨਸਲਾਂ ਗੁੱਤ ਚੁੱਪ ਤੇ ਡਮ, ਆਪਣਾ ਰਾਜ ਕਾਇਮ ਸਦੀਆਂ ਦਾ ਕਾਇਮ ਹੈ ਸਦੀਆਂ ਦਾ, ਕਿਉਂਕਿ ਕਿਸੇ ਨੂੰ ਬੋਲਣ ਹੀ ਨਹੀਂ ਦਿੱਤਾ ਜਾਂਦਾ। ਔਰ ਜਨਾਨੀ ਨੂੰ ਤਾਂ ਖਾਸ ਕਰਕੇ, ਜਿਹਨੂੰ ਡਰਾਉਣਾ ਧਮਕਾਉਣਾ ਹਰ ਵਕਤ ਤੁਸੀਂ, ਉਹਦੇ ਬੱਚੇ ਕਿਹੋ ਜਿਹੇ ਹੋਣਗੇ? ਜਿਹਨੂੰ ਆਪ ਹੀ ਪਤਾ ਵੀ ਮੈਂ ਡਰ ਚੋਂ ਬਾਹਰ ਆਉਣਾ। ਤੇ ਇੱਕ ਚੀਜ਼ ਕਹਿ ਕੇ ਸਮਾਪਤੀ ਕਰਾਂ, ਸਿੰਘਣੀਆਂ ਨੂੰ ਯਾਦ ਕਰ ਲਿਓ। ਜਦੋਂ ਸਿੰਘ ਸਾਡੇ ਜਾਂਦੇ ਸੀ ਨਾ, ਜਦੋਂ ਸੱਦਾ ਪੈਂਦਾ ਸੀ ਜਥੇਦਾਰ ਜੀ ਦਾ ਵੀ ਆ ਜਾਓ ਸਿੰਘੋ, ਹੁਣ ਇੱਥੇ ਆ ਗਿਆ ਟਾਈਮ ਆਪਣਾ ਲੜਨ ਦਾ, ਤੇ ਉਹਨਾਂ ਨੇ ਮਗਰੋਂ ਕਹਿੰਦੀ ਸੀ, ਕਹਿੰਦੇ ਹਾਂ ਮਾਈ ਡਾਰਲਿੰਗ ਐਂਡ ਦਿਸ ਐਂਡ ਦੈਟ, ਐਕਸਕਿਊਜ਼ ਮਾਈ ਬੋਲ, ਉਹਨਾਂ ਕਹਿਣਾ ਸਿੰਘ ਜੀ ਹੁਣ ਗੁਰੂ ਪੰਥ ਦਾ ਸੱਦਾ ਆ ਗਿਆ, ਹੁਣ ਗੁਰੂ ਕੀ ਫੌਜ ਗੁਰੂ ਕੇ ਲਾਲਾ ਨੂੰ ਸਾਂਭਿਓ ਤੇ ਤਗੜੇ ਰਿਹੋ। ਆਪਾਂ ਕਹਿੰਦੇ ਹਾਂ, ਆਪਾਂ ਕਹਿੰਦੇ ਹਾਂ, ਜੇ ਅਸੀਂ ਕਹੀਏ ਜਿਹੜਾ ਮੇਰੇ ਘਰ ਅੱਜ ਪੁੱਤਰ ਜੰਮਿਆ ਇਹ ਮੇਰਾ ਨਹੀਂ, ਇਹ ਸਾਹਿਬ ਅਜੀਤ ਸਿੰਘ ਹੈ, ਉਹ ਬਣੇਗਾ ਨਾ ਅਜੀਤ ਸਿੰਘ? ਅਸੀਂ ਉਹਨੂੰ ਕਹੀਏ ਤੂੰ ਸਾਡੇ ਘਰ ਗੁਰੂ ਨੇ ਦਿੱਤਾ ਹੈ, ਬਈ ਤੇਰੀ ਰਾਖੀ ਹੋ ਸਕੇ, ਤੇਰੀ ਪਾਲਣਾ ਪੋਸ਼ਣਾ ਹੋ ਸਕੇ, ਹੈਗਾ ਤੂੰ ਉਹਦਾ, ਕਦੀ ਚੱਲ ਜੂ ਕਿਤੇ? ਅਸੀਂ ਤਾਂ ਆਪਣੇ ਆਪਣੇ ਬਣਾ ਕੇ ਆਪਣੇ ਆਪ ਵੀ ਨਹੀਂ ਗੁਰੂ ਦੇ ਬਣੇ। ਨੋਟ ਆਲ, ਆਮ ਸੋਰੀ, ਮੈਂ ਖੁੱਲੀਆਂ ਖੁੱਲੀਆਂ ਗੱਲਾਂ ਕਰ ਰਹੀ, ਪਲੀਜ਼ ਕੋਈ ਜਣਾ ਵੀ ਇਹਨੂੰ ਮਾਇੰਡ ਨਾ ਕਰੋ, ਮੈਂ ਕੋਈ ਰਾਗੀ ਢਾਡੀ ਪ੍ਰਚਾਰ ਕੁਛ ਵੀ ਨਹੀਂ ਆ, ਮੈਂ ਤੇ ਗੁਰੂ ਚਰਨਾਂ ਦਾ ਇੱਕ ਭੋਰਾ ਹਾਂ। ਬੜੀ ਖੁਸ਼ੀ ਹੁੰਦੀ ਹੈ ਸਤਿਗੁਰ ਦੇ ਦਰਬਾਰਾਂ ਦੇ ਇੱਦਾਂ ਦਰਸ਼ਨ ਕਰਕੇ, ਆਲ ਓਵਰ ਦਾ US, ਬੈਕ ਹੋਮ ਪੰਜਾਬ ਚੰਡੀਗੜ੍ਹ, ਆਈ ਬਿਲੋਂਗ ਟੂ ਚੰਡੀਗੜ੍ਹ ਐਂਡ ਅੰਮ੍ਰਿਤਸਰ, ਸੋ ਉੱਥੋਂ ਅਸੀਂ ਇਹ ਸਾਰਾ ਕੁਝ ਸਿੱਖਿਆ, ਇਹ ਚੀਜ਼ਾਂ ਅਸੀਂ ਬਾਰਾਂ ਸੁਣ ਸੁਣ ਕੇ ਵੱਡੇ ਹੋਏ ਹਾਂ। ਪੜ੍ਹਾਈ ਲਿਖਾਈ ਤੋਂ ਬਿਨਾਂ ਗੁਰੂ ਜੀ ਉਹਨੂੰ ਪੜ੍ਹਿਆ ਲਿਖਿਆ ਨਹੀਂ ਮੰਨਦੇ ਜਿਹਨੇ ਸੰਸਾਰਿਕ ਡਿਗਰੀਆਂ ਕੀਤੀਆਂ। ਤਾਂ ਹੀ ਉਹਦਾ ਦੇਖੋ ਡਾਕਟਰ, ਇੰਜੀਨੀਅਰ, ਵੱਡੇ ਵੱਡੇ ਲੀਡਰ, ਇਹ ਕੀ ਕਿੱਦਾਂ ਮਨੁੱਖਤਾ ਨੂੰ ਮਾਰ ਰਹੇ ਨੇ। ਪੜ੍ਹਿਆ ਲਿਖਿਆ ਅਸਲੀ ਉਹੀ ਹੈ ਜਿਹਨੂੰ ਪਿਆਰ ਕਰਨਾ ਮਨੁੱਖਤਾ ਨਾਲ ਆਉਂਦਾ,
ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਹਿ ਬੈਸਣ ਪਾਈਏ ਕਹੋ ਨਾਨਕ ਬਾਣ ਲੁੜਾਈਏ ਏ ਤੇਲ ਦੀਵਾ ਇਉਂ ਜਲੈ ਕਰ ਚਾਨਣ ਸਾਹਿਬ ਤੋ ਮਿਲੈ ਹੁਣ ਸਾਹਿਬ ਨੂੰ ਮਿਲੋ ਤਾਂ ਸਹੀ ਚਾਨਣ ਚ ਮਿਲੇਗਾ ਚਾਨਣ ਹੈ ਗਿਆਨ ਤੇ ਗਿਆਨ ਇਕੱਠਾ ਕਰਨਾ ਅਸੀਂ ਤਗੜੇ ਹੋਣਾ ਸਿਆਣੇ ਬਣਨਾ ਆਪਣੀਆਂ ਗੰਦੀਆਂ ਆਦਤਾਂ ਨੂੰ ਰੋਜ਼ ਰੋਜ਼ ਛੱਡਣਾ ਨਿਤਨੇਮ ਦਾ ਮਤਲਬ ਹੈ ਹਰ ਰੋਜ਼ ਗੁਰਬਾਣੀ ਨਾਲ ਜੋੜਨਾ ਨਾ ਕਿ ਇੱਕੋ ਪਾਠ ਕਰਕੇ ਸਬਰ ਕਰ ਲੈਣਾ ਨਾ ਉਹਦੇ ਮਿਨੀਮਮ ਹੈ ਮਿਨੀਮਮ ਤੋਂ ਮਿਨੀਮਮ ਸਿੱਖਾ ਤੂੰ ਇੰਨਾ ਕਰ ਲਾ ਪਰ 1430 ਬੰਦੇ ਕੌਣ ਪੜੂ ਫਿਰ ਕੌਣ ਪੜੂ ਤੇ ਸਾਡਾ ਗੁਰੂ ਹੈ ਗਿਆਨ ਸ਼ਬਦ ਗੁਰੂ ਸੁਰਤ ਧੁਨ ਚੇਲਾ ਸਾਹਿਬ ਨੂੰ ਪੁੱਛਿਆ ਸੀ ਨਾ ਉਹਨਾਂ ਨੇ ਜਿਹੜੇ ਵੱਡੇ ਵੱਡੇ ਸਿੱਧ ਤੇ ਮਹਾਰਾਜ ਨੂੰ ਤੇ ਬਾਲਾ ਬਾਲਾ ਕਰਦੇ ਸੀ 25 ਸਾਲਾਂ ਦੇ ਜਵਾਨ ਹੈਗੇ ਸੀ ਇਹ ਪਤਾ ਉਹਨਾਂ ਦਾ ਉਹ ਕਹਿੰਦਾ ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ ਉਹ ਕਹਿੰਦੇ ਪਵਨ ਆਰੰਭ ਸਤਿਗੁਰ ਮਤ ਵੇਲਾ ਸ਼ਬਦ ਗੁਰੂ ਸੁਰਤ ਤੁਮ ਚੇਲਾ ਐਵੇਂ ਐਰੇ ਗਹਿਰੇ ਕੱਚੇ ਪਿੱਲੇ ਗੁਰੂ ਨਾ ਬਣਾ ਲਿਆ ਕਰੋ ਇੱਕ ਚੀਜ਼ ਮੈਂ ਆਪਣੀ ਨਾਲ ਸਾਂਝੀ ਕਰਨੀ ਜੋ ਵੀ ਤੁਸੀਂ ਇਹ ਮਾਇਆ ਇੱਥੇ ਦਿੰਦੇ ਹੋ ਗੁਰੂ ਸ਼ਬਦ ਲਈ ਉਹ ਸਾਡੇ 3-4 ਅਦਾਰੇ ਹੈਗੇ ਆ ਜਿੱਥੇ ਅਸੀਂ ਇਹ ਭੇਜਦੇ ਹਾਂ ਮੈਨੂੰ ਸਤਿਗੁਰੂ ਜੀ ਨੇ ਇੱਕ ਕੰਮ ਬਖਸ਼ਿਆ ਬਹੁਤ ਖੁਸ਼ੀ ਹੋਈ ਆਈ ਅਰਨਡ ਮਾਈ ਓਨ ਬ੍ਰੈਡ ਮਾਈ ਓਨ ਰੋਟੀ ਮੇਰੇ ਹਸਬੈਂਡ ਡਾਕਟਰ ਨੇ ਵੀ ਟੀਚਰ ਇਹ ਪੈਸੇ ਜਿਹੜੇ ਤੁਹਾਡੇ ਹੈਗੇ ਸਤਿਕਾਰ ਦੇ ਇਹ ਰੇਡੀਓ ਵਾਇਸ ਆਫ ਖਾਲਸਾ ਹੈਗਾ ਖਾਲਸੇ ਦੀ ਗੂੰਜ ਉਹਨਾਂ ਲਈ ਮੈਂ 2 ਪ੍ਰੋਗਰਾਮ ਕਰਦੀ ਹਾਂ ਅੱਜ ਰਾਤ ਨੂੰ ਗੁਰਬਾਣੀ ਵਿਚਾਰ ਤੇ ਕੱਲ ਸੈਟਰਡੇ ਵਾਲੇ ਦਿਨ ਬੀਬੀਆਂ ਲਈ ਨਾਰੀ ਸੰਸਾਰ ਉਹ ਫ੍ਰੀ ਰੇਡੀਓ ਤੁਸੀਂ ਸੁਣ ਸਕਦੇ ਹੋ ਲੁਧਿਆਣੇ ਜਿਹੜੇ ਜਿੱਥੇ ਸਾਡੇ ਵੀਰ ਪ੍ਰਚਾਰਕ ਤਿਆਰ ਹੁੰਦੇ ਨੇ ਅਸੀਂ ਉੱਥੇ ਭੇਜਦੇ ਹਾਂ ਜਿੰਨੀ ਵੀ ਸਾਡੇ ਤੋਂ ਸੇਵਾ ਹੋ ਸਕੇ ਔਰ ਅਸੀਂ ਸਾਡੀ ਅਮੈਰੀਕਨ ਸਿੱਖ ਕੌਂਸਲ ਹੈਗੀ ਹੈ ਜਿਹੜੇ ਅਸੀਂ ਸਾਰੇ ਵਾਲੰਟੀਅਰਸ ਔਰ ਪ੍ਰੋਫੈਸ਼ਨਲਸ ਹਾਂ ਅਸੀਂ ਸਾਰੇ ਗੁਰਦੁਆਰਿਆਂ ਦੀ ਨੁਮਾਇੰਦਗੀ ਕਰਦੇ ਹਾਂ ਜਗ੍ਹਾ ਜਗ੍ਹਾ ਜਾ ਕੇ ਪੇਪਰ ਲਿਖਣੇ ਔਰ ਉਹਨਾਂ ਦੇ ਬਾਰੇ ਬੋਲਣਾ ਸੈਨੇਟ ਤੱਕ ਜਾਣਾ ਔਰ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਜਾਂ ਗੁਰਦੁਆਰਿਆਂ ਦੇ ਅੰਦਰ ਈਵਨ ਕੰਫਲਿਕਟ ਰੈਜ਼ੋਲੂਸ਼ਨ ਵਗੈਰਾ ਜਿਹੜੇ ਹੁੰਦੇ ਆ ਉਹਨਾਂ ਦੀ ਵੀ ਅਸੀਂ ਸਾਰੀ ਨਾਲ ਨਾਲ ਉਹ ਸਾਰਾ ਕੰਮ ਕਰਦੇ ਹਾਂ ਸੋ ਇਹ ਤੁਹਾਡਾ ਗੁਰੂ ਸ਼ਬਦ ਦੇ ਸਤਿਕਾਰ 'ਚ ਜੋ ਕੁਝ ਹੈ ਇਹ ਸਾਰਾ ਉਹਨਾਂ 'ਚ ਜਾਂਦਾ ਸੇਵਾਵਾਂ 'ਚ ਇਹ ਸਾਡਾ ਇੱਕ ਸਿੱਖ ਬੱਚਾ ਹੈ ਤੁਹਾਡੇ ਕੋਲ ਆਏ ਵੀ ਸਨ ਇਹਨਾਂ ਦਾ ਨਾਂ ਹੈਗਾ ਕਰਨਵੀਰ ਸਿੰਘ ਕਿਉਂ ਮੈਂ ਬੁੱਕ ਤੁਹਾਡੇ ਸਾਹਮਣੇ ਲਿਆਂਦੀ ਕਿਉਂਕਿ ਉਹ ਤੇ ਆਲਰੇਡੀ ਆਏ ਸੀ ਬੁਲਿੰਗ ਸਾਡੀ ਚਾਰੇ ਪਾਸੇ ਹੋ ਰਹੀ ਜੇ ਬੀਬੀਆਂ ਦੀ ਜਿੰਨੀ ਬੁਲਿੰਗ ਸਾਡੀ ਹੁੰਦੀ ਸ਼ਾਇਦ ਕਿਸੇ ਦੀ ਵੀ ਨਹੀਂ ਹੁੰਦੀ ਤੇ ਸਿੱਖਾਂ ਦੀ ਬੁਲਿੰਗ ਹੁੰਦੀ ਹੈ ਬੱਚਿਆਂ ਦੀ ਬੁਲਿੰਗ ਹੁੰਦੀ ਹੈ ਮੈਂ ਹਾਈ ਸਕੂਲ 'ਚ ਪੜ੍ਹਾਉਂਦੀ ਹਾਂ ਅਮੈਰੀਕਨ ਹਾਈ ਸਕੂਲ ਦੇ ਵਿੱਚ ਮੇਰੇ ਸਾਰੇ ਸਟੂਡੈਂਟ ਜ਼ਿਆਦਾਤਰ ਅਫਰੀਕਨ ਅਮੈਰੀਕਨ ਤੇ ਹਿਸਪੈਨਿਕਸ ਹੈਗੇ ਉੱਥੇ ਗੋਰੇ ਨਹੀਂ ਹੈਗੇ ਉੱਥੇ ਬਹੁਤ ਬੁਲਿੰਗ ਉਹ ਆਪਸ 'ਚ ਕਰਦੇ ਇਸ ਬੁੱਕ ਵਿੱਚ ਸਾਰੀਆਂ ਸਟ੍ਰੈਟਜੀਜ਼ ਹੈਗੀਆਂ ਬੁਲਿੰਗ ਦੀਆਂ ਸਾਡੇ ਬੱਚਿਆਂ ਨੂੰ ਜਿਹੜੇ ਇੱਥੇ ਅਮੈਰੀਕਨ ਸਕੂਲਾਂ 'ਚ ਜਾਂਦੇ ਨੇ ਸਾਡੀਆਂ ਭੈਣਾਂ ਸਾਡੇ ਵੀਰ ਜਿਹੜੇ ਇੱਥੇ ਕੰਮ ਕਰਦੇ ਆ ਉਹਨਾਂ ਨੂੰ ਇਸ ਸਟ੍ਰੈਟਜੀ ਦੀ ਲੋੜ ਹੈ ਕਿਉਂਕਿ ਡਾਕਟਰਸ ਦੇ ਨਾਲ ਇੰਟਰਵਿਊਜ਼ ਦੀ ਗੱਲ ਹੈਗੀ ਇਹਦੇ ਵਿੱਚ ਵਟ ਹੈਪਨਸ ਜਦੋਂ ਤੁਹਾਡੀ ਬੁਲਿੰਗ ਹੁੰਦੀ ਹੈ ਤੁਹਾਡੇ ਦਿਮਾਗ 'ਤੇ ਕੀ ਅਸਰ ਪੈਂਦਾ ਫਿਰ ਤੁਸੀਂ ਕਿਵੇਂ ਪਿੱਛੇ ਰਹਿ ਜਾਂਦੇ ਹੋ ਤੁਹਾਨੂੰ ਇਹਦੇ ਨਾਲ ਇੰਟਰੈਕਸ਼ਨ ਕਿਵੇਂ ਕਰਨਾ ਚਾਹੀਦਾ ਤੁਹਾਨੂੰ ਇਹਦਾ ਸਾਹਮਣਾ ਕਿਵੇਂ ਕਰਨਾ ਚਾਹੀਦਾ ਇਸ ਬੁੱਕ ਨੂੰ ਇੱਕ ਤਾਂ ਇਹ ਰੀਜ਼ਨ ਹੈ ਦੂਜਾ ਇਹ ਰੀਜ਼ਨ ਹੈ ਮੈਂ ਆਪਣੀ ਲਾਈਫ 'ਚ ਮੇਰੀ 55 ਸਾਲ ਉਮਰ ਹੋ ਗਈ ਜੀ ਮੈਂ ਕੋਈ ਬੱਚਾ 17 ਸਾਲ ਦੀ ਉਮਰ ਦਾ ਪੂਰਨ ਗੁਰਸਿੱਖ ਅੰਮ੍ਰਿਤਧਾਰੀ ਇੱਥੇ ਦਾ ਜੰਮਪਲ ਸਕੂਲੇ ਜਾਂਦਾ ਹਾਲੇ 12ਵੀਂ ਪਾਸ ਕਰਦੀ ਹੈ 23 ਨੂੰ ਉਹਦੀ ਗ੍ਰੈਜੂਏਸ਼ਨ ਹੈ ਮੈਂ ਤੇ ਕਿਸੇ ਨੂੰ ਐਡੇ ਵਿਆਰ ਦੀ ਕਿਤਾਬ ਲਿਖੀ ਦੇਖੀ ਅੱਜ ਤੱਕ ਜੇ ਅਸੀਂ ਆਪਣੇ ਲਿਖਾਰੀਆਂ ਦੀ ਕਦਰ ਨਹੀਂ ਨਾ ਪਾਈ ਵਿਦਵਾਨਾਂ ਦੀ ਔਰ ਸਿੱਖ ਕੌਮ ਨਹੀਂ ਪਾਉਂਦੀ ਵਿਦਵਾਨਾਂ ਦੀ ਕਦਰ ਮੈਨੂੰ ਮਾਫ਼ ਕਰਿਆ ਜੇ ਉਹਨਾਂ ਨੂੰ ਫੜ ਫੜ ਕੇ ਫਾਏ ਟੰਗਦੇ ਨੇ ਗਿੱਲੋ ਗਿਆਨੀ ਦਿੱਤ ਸਿੰਘ ਜੀ ਗਿੱਲੋ ਪ੍ਰੋਫੈਸਰ ਸਾਹਿਬ ਸਿੰਘ ਜੀ ਗਿੱਲੋ ਭਾਈ ਮਾਨ ਸਿੰਘ ਜੀ ਨਾ ਭਾ ਗਿੱਲੋ ਜਿੰਨੇ ਮਰਜ਼ੀ ਅੱਜ ਤੱਕ ਉਹ ਮਾਰ ਦਿੰਦੇ ਨੇ ਇਹਨਾਂ ਨੂੰ ਕਿਉਂ ਕਿ ਤੁਹਾਨੂੰ ਸਿਆਣੇ ਬਣਾਉਣਗੇ
ਇਸ ਕਿਤਾਬ ਨੂੰ ਆਪਣੇ ਘਰ ਦਾ ਸ਼ਿੰਗਾਰ ਬਣਾਓ। ਜੇ ਤੁਹਾਡੇ ਕੋਲ ਕੋਈ ਸਕੂਲ ਹੈ ਉਸ ਸਕੂਲ ਚ ਦੇ ਕੇ ਆਓ। ਜਿਹਨੂੰ ਕਿਸੇ ਦੀ ਬੁਲਿੰਗ ਹੋ ਰਹੀ ਉਹਨੂੰ ਦੋ, ਕੁਛ ਨੀ ਇਹਦਾ ਮੁੱਲ, ਕੁਛ ਨੀ। 1899 ਹੈਗੀ, ਆਪਾਂ ਤੁਹਾਨੂੰ 15 ਦੀ ਦੇ ਦਾਂਗੇ ਇੱਥੇ, ਤੁਸੀਂ ਲੈ ਲਓ। ਮੈਂ ਕਿਤਾਬਾਂ ਲਿਆਂਦੀਆਂ, ਮੈਂ ਹੱਥਾਂ ਜਾਂਦੀ ਹਾਂ ਹਰ ਥਾਂ ਕਿਤਾਬਾਂ, ਬਿਕੋਜ਼ ਆਈ ਵਿਲ ਡੂ ਦ ਪ੍ਰੋਪੇਗੈਂਡਾ ਫੋਰ ਦੈਟ ਗੁਰਸਿੱਖੀ ਹੈ। ਉਹਦੇ ਦਾਦਾ ਜੀ ਇੱਥੋਂ 1914 ਦੇ ਗ੍ਰੈਜੂਏਟ ਹੋ ਗਏ ਔਰ ਓਰੀਗਨ ਤੋਂ ਪੋਸਟ ਗ੍ਰੈਜੂਏਟ ਸਨ। ਹੀ ਵਾਜ਼ ਅ ਡਾਕਟਰੇਟ। ਚਾਰ ਸਦੀਆਂ ਤੋਂ ਇਕੱਲੇ ਟੈਮਿਲਨਾਡੂ ਚ ਰਹਿ ਰਹੇ, ਉਹਨਾਂ ਦੇ ਘਰੋਂ ਗੁਰਸਿੱਖੀ ਨਹੀਂ ਗਈ, ਤੇ ਸਾਡਾ ਇੱਥੇ ਇੱਕ ਨਸਲ ਵੀ ਪੂਰੀ ਬਚਦੀ ਨਹੀਂ ਸਾਡੇ ਕੋਲ, ਆਖਰੀ ਨਹੀਂ। ਔਰ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਇਹ ਸਰਕਾਰੀ ਸਨ, ਉਹਨਾਂ ਦੀ ਸਰਕਾਰ ਦੇ ਅੰਦਰ ਇਹ ਅਫਸਰ ਸਨ, ਇਹਨਾਂ ਦੇ ਗੁਰਸਿੱਖ ਦਾਦੇ ਦਾਦਾ। ਓਬਾਮਾ ਨੇ ਇਹ ਤੇ ਮੈਂ ਕਦੀ ਵੀ ਨਹੀਂ ਦੇਖਿਆ। ਦਿਸ ਇਜ਼ ਪ੍ਰੈਜ਼ੀਡੈਂਟ ਓਬਾਮਾਸ ਲੈਟਰ ਦੈਟ ਹੀ ਰੀਲੀ ਐਪਰੀਸ਼ੀਏਟਸ ਦਿਸ ਯੰਗ ਮੈਨ। ਉਹ ਕਹਿੰਦੇ ਤੂੰ ਅਮੈਰੀਕਾ ਦਾ ਸ਼ਿੰਗਾਰ, ਤੂੰ ਅਮੈਰੀਕਾ ਦੇ ਵਿੱਚ ਇਹੋ ਜਿਹੇ ਕੰਮ ਕਰਨ ਵਾਲੇ ਸਾਨੂੰ ਬੰਦੇ ਇੰਨੇ ਚਾਹੀਦੇ ਨੇ ਕਿ ਜਿੰਨੇ ਵੀ ਹੋਣ ਉਹਨੇ ਘੱਟ ਨੇ। ਇਜ਼ਨਟ ਇਟ ਅ ਗ੍ਰੇਟ ਆਨਰ ਫੋਰ ਦੈਟ ਚਾਈਲਡ ਹੂ ਇਜ਼ ਓਨਲੀ 17 ਈਅਰਸ ਓਲਡ। ਤੇ ਸਾਨੂੰ, ਕਿਉਂਕਿ ਅਸੀਂ ਗਿਆਨ ਦੇ ਪੁਜਾਰੀ ਹਾਂ, ਕਿਉਂਕਿ ਅਸੀਂ ਗੁਰ ਸ਼ਬਦ ਦੇ ਪੁਜਾਰੀ ਹਾਂ, ਸਾਨੂੰ ਵਿਦਵਾਨਾਂ ਦੀ ਕਦਰ ਕਰਨੀ ਆਉਣੀ ਚਾਹੀਦੀ, ਝੂਠੇ ਵਿਦਵਾਨਾਂ ਦੀ ਨਹੀਂ, ਅਸਲੀ ਵਿਦਵਾਨ। ਮੇਰੇ ਕੋਲ ਸਾਰੀਆਂ ਕਿਤਾਬਾਂ ਨੇ, ਤੁਸੀਂ ਮੇਰੇ ਕੋਲ ਲੈ ਸਕਦੇ ਹੋ। ਆਪਣੇ ਦੀਵਾਨ ਤੇ ਆਪ ਜੀ ਦੀ ਮੈਂ ਸੇਵਾ ਕਰਦਿਆਂ ਹੋਇਆਂ, ਗੁਰ ਸ਼ਬਦ ਦੀ ਵਿਚਾਰ ਕਰਦਿਆਂ ਹੋਇਆਂ, ਅਨੇਕਾਂ ਹੀ ਭੁੱਲਾਂ ਮੇਰੇ ਤੋਂ ਹੋ ਗਈਆਂ ਹੋਣਗੀਆਂ। ਮੈਂ ਆਪਣੇ ਵੀਰ ਜੀ ਹੋਣਾਂ ਦਾ, ਸਾਰੇ ਜਿਹੜੇ ਵੀਰ ਜੀ ਹੋਣੀ ਮੈਨੂੰ ਲੈ ਕੇ ਆਏ, ਇੱਦਾਂ ਪੁੰਨ ਦਾ ਕੰਮ ਕੀਤਾ ਸੀ, ਕਿਉਂਕਿ ਛੋਟੇ ਬੱਚੇ ਨੂੰ ਅਸੀਂ ਨਾਲ ਲੈ ਕੇ ਆਏ। ਮੇਰੀ ਬੇਟੀ ਇੱਥੇ ਸਰਜਨ ਹੈ ਅਤੇ ਸ਼ੀ ਵਾਜ਼ ਔਨ ਕਾਲ, ਉਹ ਨਹੀਂ ਸੀ ਆ ਸਕਦੇ। ਸੋ ਇਹ ਸਾਰੀ ਆਪ ਜੀ ਦੀ ਸੰਗਤ, ਪਿਛਲੀ ਵਾਰੀ ਮੇਰੀ ਬੜੀ ਰੂਹ ਖੁਸ਼ ਹੋਈ ਸੀ ਆਪ ਜੀ ਸਾਹਿਬ ਨੂੰ ਦਰਸ਼ਨ ਕਰਕੇ। ਬੜੇ ਤੁਸੀਂ ਤਕੜੇ ਹੋ, ਸਿਆਣੇ ਰਹੋ, ਵਧੀਆ ਰਹੋ, ਇਕੱਠੇ ਰਹੋ, ਆਪਣੇ ਗੁਰੂ ਦੇ ਲੜ ਘੁੱਟ ਕੇ ਫੜ ਕੇ ਲੱਗੇ ਰਹੋ, ਕਿਸੇ ਨੂੰ ਵੀ ਤੋੜਨ ਨਾ ਦਿਓ, ਕਿਸੇ ਨੂੰ ਵੀ ਕੋਈ ਵਿੱਚ ਵੜਨ ਦੀ ਜਿਹੜੀ ਹੈਗੀ ਸਾਨੂੰ ਤੋੜਨ ਦੀ, ਕਦੇ ਵੀ ਕੋਈ ਉਹਨਾਂ ਦੀ ਸਕੀਮ ਕਿਸੇ ਦੀ ਵੀ ਕਾਮਯਾਬ ਨਾ ਹੋਵੇ, ਮੈਂ ਇਹੀ ਕਹਾਂਗੀ। ਤੇ ਅਖੀਰ ਵਿੱਚ ਆਪਣੇ ਸ਼ਹੀਦ ਸਿੰਘਾਂ ਦਾ ਜਿਹੜਾ ਹੈਗਾ ਉਹ ਜਕਾਰਾ ਲਾ ਕੇ ਆਪਾਂ ਸਮਾਪਤੀ ਵੱਲ ਕਰਦੇ ਹਾਂ ਜੀ। ਬੋਲੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।